ਮੇਰਾ ਨਮਸਕਾਰ ਅੱਜ ਆਪਾਂ ਕਰਾਂਗੇ ਗੱਲ ਹਾਊ ਟੂ ਚੂਜ਼ ਐ ਗੁੱਡ ਬੁੱਕ ਮੈਨੂੰ ਹਮੇਸ਼ਾ ਸਵਾਲ ਆਉਂਦੇ ਨੇ ਕਿ ਅਸੀਂ ਇੱਕ ਚੰਗੀ ਕਿਤਾਬ ਕਿਵੇਂ ਚੁਣੀਏ ਹਮੇਸ਼ਾ ਇਹ ਸਵਾਲ ਲੇਖਨ ਵਿੱਚ ਆਇਆ ਹੈ ਕਿ ਲੋਕ ਮੈਨੂੰ ਪੁੱਛਦੇ ਨੇ ਕਿ ਤੁਸੀਂ ਚੰਗੀਆਂ ਕਿਤਾਬਾਂ ਕਿਵੇਂ ਚੁਣ ਲੈਂਦੇ ਹੋ ਤੁਸੀਂ ਇੰਨੀਆਂ ਕਿਤਾਬਾਂ ਪੜ੍ਹੀਆਂ ਤੇ ਤੁਸੀਂ ਇੰਨੀਆਂ ਚੰਗੀਆਂ ਕਿਤਾਬਾਂ ਤੱਕ ਕਿਵੇਂ ਪਹੁੰਚੇ ਇਹ ਉਹਨਾਂ ਕਿਤਾਬਾਂ ਵਿੱਚੋਂ ਜੋ ਕੁਝ ਵੀ ਪੇਸ਼ਦੇ ਹੋ ਉਹ ਬਹੁਤ ਹੀ ਪਿਆਰਾ ਹੁੰਦਾ ਹੈ ਪਾਟਕਾਂ ਨੂੰ ਇਸ ਗੱਲ ਦਾ ਹਿਸਾਬ ਕਰਵਾਉਣਾ ਬਹੁਤ ਔਖਾ ਹੈ ਕਿ ਕਿਹੜੀ ਕਿਤਾਬ ਚੰਗੀ ਹੈ ਕਿਹੜੀ ਕਿਤਾਬ ਮਾੜੀ ਹੈ ਕਿਉਂਕਿ ਹਰ ਇੱਕ ਦਾ ਇੱਕ ਡਿਫਰੈਂਟ ਮਾਈਂਡਸੈਟ ਹੁੰਦਾ ਹੈ ਹਰ ਇੱਕ ਦੀ ਇੱਕ ਡਿਫਰੈਂਟ ਪਰਸਨੈਲਿਟੀ ਹੁੰਦੀ ਹੈ ਹਰ ਇੱਕ ਦੀ ਇੱਕ ਡਿਫਰੈਂਟ ਸੋਚ ਥਿੰਕਿੰਗ ਅ ਤੇ ਰਹਿਣ ਸਹਣ ਸਟੈਂਡਰਡ ਆਫ ਲੀਵਿੰਗ ਜਿਹਨੂੰ ਆਪਾਂ ਕਹਿੰਦੇ ਆ ਹੁੰਦਾ ਸੋ ਪਹਿਲਾ ਕੁਝ ਕੋਰਸ ਬਾਰੇ ਗੱਲ ਕਰ ਲੈਂਦੇ ਆ ਕਿ ਹੈਨਰੀ ਡੇਵਿਡਸ ਹਾਰੋ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਸਭ ਤੋਂ ਚੰਗੀ ਕਿਤਾਬ ਨੂੰ ਪੜੋ ਐਦਾਂ ਨਾ ਹੋਵੇ ਕਿ ਬਾਅਦ ਵਿੱਚ ਤੁਹਾਨੂੰ ਉਹ ਕਿਤਾਬ ਪੜਨ ਦਾ ਸਮਾਂ ਹੀ ਨਾ ਲੱਗੇ ਤੇ ਮੇਰੀ ਸੋਚ ਹੁੰਦੀ ਆ ਕਿ ਜੀਵਨ ਇੱਕ ਬਹੁਤ ਛੋਟੀ ਚਾਲ ਹੈ ਲਾਈਕ ਤੁਸੀਂ ਤੁਹਾਨੂੰ 100 ਸਾਲ ਜੇ ਤੁਸੀਂ ਜਿਉਂਦੇ ਰਹਿਣਾ ਹੈ ਤਾਂ ਉਹ ਵੀ ਬਹੁਤ ਛੋਟੇ ਨੇ ਪਰ ਸਾਹਿਤ ਵਿੱਚ ਇਨਫਿਨਿਟੀ ਕਿਤਾਬਾਂ ਨੇ ਕੁਝ ਕਿਤਾਬਾਂ ਨੇ ਜਿਹੜੀਆਂ ਪੜੀਆਂ ਗਈਆਂ ਕੁਝ ਕਿਤਾਬਾਂ ਨੇ ਜਿਹੜੀਆਂ ਸ਼ਾਇਦ ਲਾਇਬ੍ਰੇਰੀਆਂ ਵਿੱਚ ਰੁੱਲਦੀਆਂ ਪਈਆਂ ਨੇ ਪਰ ਉਹ ਵੀ ਬਹੁਤ ਸੋਹਣੀਆਂ ਕਿਤਾਬਾਂ ਨੇ ਤੇ ਉਸ ਕਾਲ ਵਿੱਚ ਜਿਸ ਕਾਲ ਵਿੱਚ ਜਬ ਇਸ ਸਮੇਂ ਵਿੱਚ ਆ ਪਰ ਰਹੇ ਹਾਂ ਜਿੱਥੇ ਤੁਹਾਡਾ ਪੈਸਾ ਇੱਕ ਮੇਨ ਸੋਰਸ ਆਫ ਲੀਵਿੰਗ ਹੈ ਉਹਦੇ ਵਿੱਚ ਤੁਹਾਨੂੰ ਸਾਰਾ ਸਮਾ ਕਿਤਾਬਾਂ ਲਈ ਨਹੀਂ ਮਿਲ ਸਕਦਾ ਸੋ ਇਹੀ ਗੱਲ ਕਹਾਂਗਾ ਕਿ ਸਭ ਤੋਂ ਪਹਿਲਾਂ ਚੰਗੀ ਕਿਤਾਬ ਪੜੋ ਦੁਨੀਆ ਦੀ ਸਭ ਤੋਂ ਚੰਗੀ ਕਿਤਾਬ ਪੜੋ ਤੇ ਉਸ ਚੰਗੀ ਕਿਤਾਬ ਨੂੰ ਪੜ ਕੇ ਅੱਗੇ ਵਧੋ ਅਸੀਂ ਉਸ ਤੇ ਵੀ ਗੱਲਾਂ ਕਿ ਹਾਊ ਟੂ ਯੂਜ਼ ਅ ਗੁੱਡ ਬੁੱਕ ਪਹਿਲਾਂ ਮੈਂ ਬੇਸਿਕ ਜਿਹਾ ਧਿਆਨ ਦੇਵਾਂ ਕਿ ਵਰਜੀਨੀਆ ਵੂਲਫ ਕਹਿੰਦੇ ਨੇ ਕਿ ਬੁਕਸ ਆਰ ਦਾ ਮਿਰਰ ਆਫ ਦਾ ਸੋਲ ਕਿ ਬੁਕਸ ਤੁਹਾਡੀ ਆਤਮਾ ਦਾ ਸ਼ੀਸ਼ਾ ਨੇ ਇਸ ਵਿੱਚ ਤੁਹਾਨੂੰ ਤੁਹਾਡੀ ਆਤਮਾ ਮਿਲ ਸਕਦੀ ਤੁਹਾਨੂੰ ਤੁਹਾਡਾ ਆਪਣਾ ਮਿਲ ਸਕਦਾ ਸੋ ਹੁਣ ਜੇ ਆਪਾਂ ਗੱਲ ਕਰੀਏ ਕਿਤਾਬ ਨੂੰ ਚੁਣਨ ਦੇ ਤੇ ਕਿਤਾਬ ਨੂੰ ਚੁਣਨਾ ਹਮੇਸ਼ਾ ਹੀ ਇੱਕ ਗੁੰਝਲਦਾਰ ਮਸਲਾ ਹੈ ਉਹਨਾਂ ਲਈ ਜਿਨ੍ਹਾਂ ਨੇ ਕਿਤਾਬ ਪੜਨੀ ਅਜੇ ਸ਼ੁਰੂ ਕਰਨੀ ਹੈ ਜਾਂ ਥੋੜਾ ਹੋਇਆ ਸਮਾਂ ਕੀਤੀ ਹੈ ਤੇ ਮੈਂ ਜੇ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਦੀ ਆਪਣੀ ਪਰਸਨੈਲਿਟੀ ਹੁੰਦੀ ਹੈ ਹਰੇਕ ਆਪਣਾ ਰਹਿਣ ਸਹਿਣ ਸੋਚ ਹੁੰਦੀ ਹੈ ਸੋ ਤੁਹਾਨੂੰ ਆਪਣਾ ਪਰਸਨੈਲਿਟੀ ਟ੍ਰੇਟ ਲੱਭਣਾ ਪੈਣਾ ਹੈ ਇੱਕ ਕਿਤਾਬ ਨੂੰ ਚੁਣਨ ਵਿੱਚ ਪਰਸਨੈਲਿਟੀ ਟ੍ਰੇਟ ਕਿਵੇਂ ਚੁਣਨਾ ਹੈ ਤੁਸੀਂ ਆਪਣੇ ਅੰਦਰ ਝਾਤ ਮਾਰੋ ਕਿ ਤੁਹਾਨੂੰ ਕਿਸ ਚੀਜ਼ ਵਿੱਚ دلچਸਪੀ ਹੈ ਜੇ ਤੁਸੀਂ ਉਸ ਤਰ੍ਹਾਂ ਦੇ ਇਨਸਾਨ ਹੋ ਕਿ ਤੁਸੀਂ ਆਪਣੇ ਦਾਦੀ-ਪਰਦਾਦਿਆਂ ਤੋਂ ਕਹਾਣੀਆਂ ਇਤਿਹਾਸ ਗੁਰਬਾਣੀ ਸੁਣਨ ਵਿੱਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਸੀ ਕੋਈ ਵੀ ਤੁਹਾਡਾ ਰਿਲੇਟਿਡ ਹਾਂ ਤਾਂ ਫਿਰ ਤੁਸੀਂ ਇਤਿਹਾਸਿਕ ਕਿਤਾਬਾਂ ਸਾਹਿਤਿਕ ਇਤਿਹਾਸਿਕ ਗੁਰਮਤਕਾਉ ਉਸ ਵੱਲ ਜਾ ਸਕਦੇ ਹੋ ਬੇਸਿਕਲੀ ਪੰਜਾਬੀ ਸਾਡੇ ਜੋ ਭਾਈਚਾਰਾ ਹੈ ਉਹਨਾਂ ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਜੇ ਤੁਸੀਂ ਚਾਹਤ ਮਾਰੋ ਕਿ ਤੁਸੀਂ ਇਕੱਲੇ ਬੈਠੇ ਰਹਿੰਦੇ ਹੋ ਤੁਸੀਂ ਸੋਚਦੇ ਰਹਿੰਦੇ ਹੋ ਕਿ ਜ਼ਿੰਦਗੀ ਕੀ ਹੈ ਜ਼ਿੰਦਗੀ ਦਾ ਮੀਨਿੰਗ ਕੀ ਹੈ ਤੇ ਜ਼ਿੰਦਗੀ ਦਾ मीनिंग ਤਾਂ ਫਲਸਫੀ ਹੀ ਦੱਸ ਸਕਦੀ ਹੈ ਫਲਸਫੀ ਹੀ ਨਹੀਂ ਦੱਸ ਸਕਦੀ ਬਟ ਫਲਸਫੀ ਵਿੱਚੋਂ ਤੁਸੀਂ ਸ਼ੁਰੂਆਤ ਕਰ ਸਕਦੇ ਹੋ ਕਿ ਤੁਸੀਂ ਫਲਸਫੀ ਵਿੱਚ ਜਿਆਦਾ ਵਿਸ਼ਵਾਸ ਰੱਖਦੇ ਹੋ ਜੇ ਤੁਹਾਡੇ ਮਨ ਵਿੱਚ ਇਹ ਸਵਾਲ ਪੈਦਾ ਹੁੰਦੇ ਨੇ ਫਿਰ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਫਲਸਫੇਵਲ ਹੋ ਜਾਓ ਤੁਸੀਂ ਐਕਸਿਸਟੈਂਸ਼ਲਿਸਟ राइटर्स ਨੂੰ ਪੜੋ ਜਿਵੇਂ ਕਾਫਕਾ ਦੀ ਗੱਲ ਕਰਦੇ ਹੁੰਦੇ ਅਸੀਂ ਕਾਮਯੋ ਦੀ ਗੱਲ ਕਰਦੇ ਹੁੰਦੇ ਰੀਨੇ ਮਾਲ ਆ ਆਈ ਆ ਫੋਰਗੇਟ ਹਿਸ ਨੇਮ ਦੋਸੋਏਸਕੀ ਦੀ ਗੱਲ ਕਰਦੇ ਐਂਥਨ ਚੈਕੇਵ ਰਸ਼ੀਅਨ ਲਿਟਰੇਚਰ ਸਾਰਾ ਫਲਸਫੇ ਤੇ ਹੀ ਅਧਾਰਿਤ ਸੀ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਫਿਲਾਸਫਰ ਹੋਏ ਨੇ ਕਿਰਕਗਾਰਡ ਹੋਇਆ ਹੈ ਠੀਕ ਹੈ ਓਸ਼ੋ ਹੋਇਆ ਹੈ ਤੁਸੀਂ ਇਹਨਾਂ ਨੂੰ ਪੜ ਸਕਦੇ ਹੋ ਤੇ ਫਿਲਾਸਫੀ ਪੜਨ ਵਾਲਿਆਂ ਨੂੰ ਇੱਕ رائے ਹੈ ਕਿ ਤੁਸੀਂ ਫਿਲਾਸਫੀ ਪੜਨੀ ਹੈ ਫਿਲਾਸਫਰ ਬਣਨਾ ਨਹੀਂ ਹੈ ਠੀਕ ਹੈ ਫਿਲਾਸਫੀ ਪੜਨ ਤੇ ਬਣਨ ਤੇ ਬਹੁਤ ਜ਼ਿਆਦਾ ਅੰਤਰ ਹੈ ਠੀਕ ਹੈ ਜਿਨ੍ਹਾਂ ਨੇ ਪੜੀ ਹੈ ਉਹ ਫਿਲਾਸਫਰ ਨਹੀਂ ਬਣ पाए ਜਿਨ੍ਹਾਂ ਨੇ ਦੁਨੀਆ ਪੜੀ ਹੈ ਉਹ ਫਿਲਾਸਫਰ ਬਣੇ ਸੀ ਤੇ ਇਸ ਤੋਂ ਇਲਾਵਾ ਜੇ ਤੁਸੀਂ ਬਹੁਤ ਸੈਸਿਟਿਵ ਪਰਸਨ ਹੋ ਜਿਵੇਂ ਕਿ ਤੁਸੀਂ ਜਲਦੀ ਇਮੋਸ਼ਨਲ ਹੁੰਦੇ ਰਹਿੰਦੇ ਹੋ ਤੁਹਾਡੇ ਅੰਦਰ ਇਮੋਸ਼ਨਸ ਨੇ ਤੁਹਾਡੇ ਅੰਦਰ ਫੀਲਿੰਗਸ ਨੇ ਤੁਸੀਂ ਇਕੱਲਾ ਬੀਲ ਕਰਦੇ ਹੋ ਤਾਂ ਕਵਿਤਾ ਪੜੋ ਗਜ਼ਲ ਪੜੋ ਨਜ਼ਮ ਪੜੋ ਪਰਸੇਟੋ ਗਾਲਿਬ ਨੂੰ ਪਰਸੇਟੋ ਸ਼ਿਵ ਕੁਮਾਰ ਬਟਾਲਵੀ ਨੂੰ ਪੜ ਲਓ ਪੂਰਾ ਗਜ਼ਲਾਂ ਜੇ ਪੰਜਾਬੀ ਤੋਂ ਤਾਂ ਪੰਜਾਬੀ ਹੋ ਤਾਂ ਡਾਕਟਰ ਜਗਤਾਰ ਨੂੰ ਪੜ ਲਓ ਉਲਫਤ ਬਾਜਵਾ ਨੂੰ ਪੜ ਲਓ ਗਜ਼ਲਾਂ ਠੀਕ ਹੈ ਜੇ ਤੁਹਾਡਾ ਇਸ਼ਕ ਵਾਲੇ ਟੌਪਿਕਸ ਵਿੱਚ ਯਾਦ ਦਿਲਚਸਪੀ ਹੁੰਦੀ ਹੈ ਤੁਹਾਨੂੰ ਇਸ ਪ੍ਰਕਾਰ ਦੀਆਂ ਤੇ ਉਹ ਤੁਹਾਨੂੰ ਤੁਸੀਂ ਪਰਸਨੈਲਿਟੀ ਟ੍ਰੇਟ ਨੂੰ ਹੀ ਜਾਣ ਕੇ ਬੁੱਝ ਸਕਦੇ ਹੋ ਕਿ ਤੁਹਾਨੂੰ ਕਿੰమే ਦੀਆਂ ਕਿਤਾਬਾਂ ਵਧੀਆ ਲੱਗਦੀਆਂ ਨੇ ਤੇ ਇਸ ਦੇ ਇਲਾਵਾ ਆਪਾਂ ਤਿੰਨ ਪਰਸਨੈਲਿਟੀ ਟ੍ਰੇਟ ਦੀ ਗੱਲ ਕੀਤੀ ਇਸ ਤੋਂ ਇਲਾਵਾ ਕੀ ਤੁਸੀਂ ਹੁਣ ਦੇ ਸਮਾਜ ਤੋਂ ਜੇ ਬਹੁਤ ਜ਼ਿਆਦਾ ਆ ਦੁਖਦਾਈ ਮਹਿਸੂਸ ਕਰਦੇ ਹੋ ਬਹੁਤ ਜ਼ਿਆਦਾ ਨਫ਼ਰਤ ਕਰ ਰਹੇ ਹੋ ਹੁਣ ਵਾਲੇ ਸਮਾਜ ਨੂੰ ਦੈਨ ਤੁਸੀਂ ਫਿਕਸ਼ਨਲ ਨਹੀਂ ਛੱਡ ਕੇ ਨਾਨ ਫਿਕਸ਼ਨ ਨੂੰ ਪੜ ਸਕਦੇ ਹੋ ਜਿਵੇਂ ਅਰੁੰਦਤੀ ਰਾਏ ਜਿਵੇਂ ਬਹੁਤ ਸਾਰੇ ਲੇਖਕ ਹੋਏ ਨੇ ਮੈਂ ਨਾਨ ਫਿਕਸ਼ਨ ਵੱਲ ਜ਼ਿਆਦਾ ਨਹੀਂ ਧਿਆਨ ਦਿੱਤਾ ਕਦੀ ਬਟ ਅਰੁੰਦਤੀ ਰਾਏ ਬਾਰੇ ਬਹੁਤ ਸੁਣਿਆ ਹੈ ਕਈ ਲੋਕਾਂ ਨੇ ਕਿਤਾਬਾਂ ਲਿਖੀਆਂ ਨੇ ਸੀਰੀਆ ਜਾ ਕੇ ਕਿਤਾਬਾਂ ਲਿਖੀਆਂ ਨੇ ਕਿ ਉੱਥੇ ਹਾਲਾਤ ਕੀ ਨੇ ਉਸ ਉੱਤੇ ਵੀ ਤੁਸੀਂ ਕਿਤਾਬਾਂ ਪੜ ਸਕਦੇ ਹੋ ਜੇ ਤੁਹਾਡਾ ਹੁਣ ਵਾਲਾ ਸਮਾਜ ਅ ਬਹੁਤ ਜ਼ਿਆਦਾ ਧਿਆਨ ਠੀਕ ਹੈ ਚਾਰਟ ਪਰਸਨੈਲਿਟੀ ਟ੍ਰੇਟ ਕੀਤਾ ਇੱਕ ਬਹੁਤ ਹੀ ਸੈਂਸਿਟਿਵ ਹੋ ਇੱਕ ਬਹੁਤ ਜ਼ਿੰਦਗੀ ਬਾਰੇ ਸੋਚਦੇ ਹੋ ਇੱਕ ਇਤਿਹਾਸ ਪਸੰਦ ਹੈ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਸੁਣੀਆਂ ਨੇ ਤੇ ਚੌਥਾ ਨੰਬਰ ਹੈ ਕਿ ਤੁਸੀਂ ਹੁਣ ਵਾਲੇ ਸਮਾਜ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਨਾਨ ਫਿਕਸ਼ਨ ਵਾਲੇ ਤੁਸੀਂ ਆਪਣੇ ਇੰਟਰਨੈਟ ਤੇ ਸਰਚ ਕਰ ਸਕਦੇ ਆ ਫਿਕਸ਼ਨ ਵਾਲੇ ਤਾਂ ਮੈਂ ਦੱਸ ਸਕਦਾ ਕਿ ਨੋਵਲ ਜੇ ਫਲਸਫੇ ਤੇ ਪ੍ਰਤੀ ਨੋਵਲ ਪੜਨੇ ਆ ਜਾਂ ਫਲਸਫਾ ਪੜਨਾ ਆ ਤਾਂ ਰਸ਼ੀਅਨ ਲਿਟਰੇਚਰ ਯੂਰੋਪੀਅਨ ਲਿਟਰੇਚਰ ਕਾਮਿਊ ਅਲਵੇ ਅਲਵੇ ਕਾਮਿਊ ਫਰਾਂਜ਼ ਕਾਫਕਾ ਕਿਰਕਗਾਰਡ ਇਹਨਾਂ ਨੂੰ ਪੜਨਾ ਪੈਣਾ ਜੇ ਹਾਂ ਜੇ ਤੁਸੀਂ ਕਵਿਤਾ ਤੋਂ ਲਾਵਾ ਨੋਵਲ ਵੀ ਪਸੰਦ ਕਰਦੇ ਹੋ ਤਾਂ ਤੁਸੀਂ ਨੋਵਲ ਵਾਲ ਹੋ ਜਾਓ ਪਹਿਲਾ ਪੰਜਾਬੀ ਨਾਵਲਕਾਰ ਪੜੋ ਨਾਨਕ ਸਿੰਘ ਉਹਨਾਂ ਨੂੰ ਪੜੋ ਦਿਲੀਪ ਕੋਟੇਵਾਲਾ ਉਹਨਾਂ ਨੂੰ ਪੜੋ ਅਜੀਤ ਕੋਰ ਨੂੰ ਪੜੋ ਬਲਵੰਤ ਗਾਰਗੀ ਨੂੰ ਪੜੋ ਫਿਰ ਉਧਰ ਹੋ ਜਾਓ ਤੇ ਜੇ ਕਵਿਤਾ ਹੈ ਸ਼ਿਵ ਕੁਮਾਰ ਬਟਾਲਵੀ ਨੂੰ ਪੜੇ ਪੜੋ ਸੁਜੀਤ ਪਾਤਰ ਨੂੰ ਪੜੋ ਪਾਸ਼ ਨੂੰ ਪੜੋ ਬੁੱਲੇ ਸ਼ਾਹ ਪੜੋ ਬਾਬਾ ਫਰੀਦ ਪੜੋ ਗੁਰੂ ਨਾਨਕ ਦੇਵ ਜੀ ਗੁਰਬਾਣੀ ਨੂੰ ਤੁਸੀਂ ਸੁਣਦੇ ਹੋ ਸਾਰੇ ਠੀਕ ਹੈ ਆਮ ਤੇ ਉੱਥੋਂ ਤੁਸੀਂ ਵਿਸ਼ਵ ਸਾਹਿਤ ਵੱਲ ਜਲਦੀ ਜਰ ਸਕਦੇ ਕਿਉਂਕਿ ਮੇਰਾ ਮੰਨਣਾ ਹੈ ਕਿ ਪੰਜਾਬੀ ਸਾਹਿਤ ਪੜਨਾ ਬਹੁਤ ਜਿਆਦਾ ਸਮਾਂ ਖਰਚ ਨਹੀਂ ਕਰਦਾ ਕਿਉਂਕਿ ਇਹ ਤੁਹਾਡੀ ਆਪਣੀ ਭਾਸ਼ਾ ਹੈ ਤੁਸੀਂ ਜਲਦੀ ਸਮਝ ਸਕਦੇ ਹੋ ਚੀਜ਼ਾਂ ਜੇ ਤੁਸੀਂ ਤੁਹਾਡਾ ਨਾਨਕ ਸਿੰਘ ਦਾ ਤੁਸੀਂ ਨਾਵਲ ਪੜ੍ਹਦੇ ਹੋ ਤਾਂ ਮੈਨੂੰ ਲੱਗਦਾ ਕਿ ਦੋ ਦਿਨ ਬਹੁਤ ਹੁੰਦੇ ਨੇ ਬਾਤ ਤੋਂ ਬਾਅਦ ਇੱਕ ਨਾਵਲ ਨਾਨਕ ਸਿੰਘ ਦੇ ਨਾਵਲ ਨੂੰ ਖਤਮ ਕਰਨ ਲਈ ਠੀਕ ਹੈ ਤੇ ਤੁਸੀਂ ਜੇ ਸਾਰੇ 1-2 ਸਾਲ ਵਿੱਚ ਪੜ ਲਓ ਤਾਂ ਤੁਸੀਂ ਵਿਸ਼ਵ ਸਾਹਿਤ ਵੱਲ ਜਾ ਸਕਦੇ ਹੋ 버지니아 ਵੂਲਫ ਵੱਲ ਜਾ ਸਕਦੇ ਹੋ ਅਨਸਟ ਹੈਮਿੰਗ ਵੀ ਇਹਦੇ ਨੋਵਲ ਪੜ ਤੱਕਦੇ ਹੋ ਕਹਾਣੀਆਂ ਪੜ ਤੱਕਦੇ ਹੋ ਠੀਕ ਹੈ ਤਾਂ ਫਿਰ ਬਹੁਤ ਸਾਰੇ ਨਾਵਲ ਕਾ ਡੋਰੀਸ ਲੈਸਿੰਗ ਜਿਨ੍ਹਾਂ ਨੂੰ ਹੁਣ ਹੀ ਸਾਹਿਤ ਵਿੱਚ ਨੋਵਲ ਮਿਲਿਆ ਉਹਨਾਂ ਨੂੰ ਪੜ ਸਕਦੇ ਹੋ ਠੀਕ ਹੈ ਤੇ ਐਵੇਂ ਹੀ ਤੁਹਾਡੀ ਬੁੱਕ ਚੂਜ਼ ਹੋਂਦੀ ਹੈ ਜੇ ਬੁੱਕ ਕਿਹੜੀ ਚੂਜ਼ ਹੁੰਦੀ ਆ ਉੱਤੇ ਮੈਂ ਇੱਕ ਅਲੱਗ ਵੀਡੀਓ ਬਣਾਵਾਂਗਾ ਬੁੱਕ ਕਿਵੇਂ ਚੂਜ਼ ਕਰਨੀ ਹੈ ਤੁਹਾਨੂੰ ਆਪਣੇ ਪਰਸਨੈਲਿਟੀ ਆਪਣੀ ਸੋਚ ਨੂੰ ਪਹਿਚਾਣਨਾ ਪਵੇਗਾ ਕਿ ਬੁੱਕ ਨੂੰ ਕਿਵੇਂ ਚੂਜ਼ ਕਰੀਦਾ ਓਸ ਤੋਂ ਇਲਾਵਾ ਇੱਕ ਗੱਲ ਕਰਦੇ ਆ ਕਿ ਹਮੇਸ਼ਾ ਹੀ ਜੇ ਤੁਸੀਂ ਪੜਨ ਵਿੱਚ ਇਹ ਸੋਚਦੇ ਹੋ ਕਿ ਅ ਬਸ ਤੁਸੀਂ ਸੋਚਣ ਲਈ ਪੜਦੇ ਹੋ ਜਾਂ ਮਨ ਲਈ ਪੜਕ ਮੈਨੂੰ ਪੜਨ ਵਿੱਚ ਮਜ਼ਾ ਆਉਂਦਾ ਹੈ ਮੈਨੂੰ ਪੜਨਾ ਬਹੁਤ ਮਜ਼ੇਦਾਰ ਲੱਗਦਾ ਹੈ ਮੇਰਾ ਟਾਈਮ ਨਿਕਲ ਜਾਂਦਾ ਹੈ ਟੰ ਚੰਗਾ ਨਿਕਲ ਜਾਂਦਾ ਹੈ ਤੁਸੀਂ ਇੱਕ ਐਵੇਜ ਰੀਡਰ ਹੋ ਐਵੇਜ ਰੀਡਰ ਦਾ ਮਤਲਬ ਹੈ ਕਿ ਤੁਸੀਂ ਬਹੁਤ ਜ਼ਿਆਦਾ ਰਿਸਰਚ ਨਹੀਂ ਕਰ ਰਹੇ ਤੁਸੀਂ बस ਆਪਣਾ ਇੱਕ ਜੀਵਨ ਆਚਾਰਿਆ ਵਿੱਚ ਇੱਕ ਹੈਬਿਟ ਬਣਾ ਲਈ ਹੈ ਕਿ ਤੁਸੀਂ ਇਸ ਸਾਈਟ ਨੂੰ ਪੜਨਾ ਇੱਕ ਇਸ ਰਾਈਟਰ ਨੂੰ ਪੜਨਾ ਠੀਕ ਹੈ ਤੇ ਤੁਸੀਂ ਉਹੀ ਕਿਤਾਬਾਂ ਪੜੋਗੇ ਜੋ ਤੁਹਾਨੂੰ ਜਿਆ ਮਨਪਸੰਦ ਨੇ ਤੁਸੀਂ ਉਹੀ ਕਿਤਾਬਾਂ ਪੜੋਗੇ ਕਿਉਂਕਿ ਬਾਕੀ ਕਿਤਾਬਾਂ ਤੁਹਾਨੂੰ ਬੋਰ ਕਰਨਗੀਆਂ ਜੇ ਤੁਹਾਡਾ ਰੁਚੀ ਇਤਿਹਾਸ ਵਿੱਚ ਤੁਹਾਨੂੰ ਫਲਸਫਾ ਤੁਹਾਨੂੰ ਕੀ ਸੌਰੀ ਤੁਹਾਨੂੰ ਦੋਸਤ ਕੀ ਪੜਨ ਨੂੰ ਲਾਤਾ ਤਾਂ ਤੁਹਾਨੂੰ ਉਹ ਬਹੁਤ ਬੋਰ ਕਰੇਗੀ ਪਰ ਉਸ ਤੋਂ ਇਲਾਵਾ ਜੇ ਤੁਸੀਂ ਖੁਦ ਸਾਹਿਤਕਾਰ ਪੜਨ ਲਈ ਹੀ ਬਣਦੇ ਹੋ ਤਾਂ ਤੁਹਾਨੂੰ ਆਪਣੇ ਪਰਸਨੈਲਿਟੀ ਟ੍ਰੇਟ ਦੇ ਅਕੋਰਡਿੰਗ ਕਿਤਾਬਾਂ ਪੜ ਕੇ ਉਸ ਤੋਂ ਅਗਲੀਆਂ ਕਿਤਾਬਾਂ ਵੀ ਪੜਨੀਆਂ ਪੈਣਗੀਆਂ ਕਿ ਜੇ ਤੁਸੀਂ ਸਿੱਖ ਇਤਿਹਾਸ ਪੜ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਫਲਸਫੇ ਕਵਿਤਾ ਨਜ਼ਮ ਗਜ਼ਲ ਸਭ ਪੜਨਾ ਪਏਗਾ ਕਿਉਂਕਿ ਹਮੇਸ਼ਾ ਹੀ ਮੈਂ ਇੱਕ ਕੋਟ ਪੜ੍ਹਿਆ ਸੀ ਮੈਨੂੰ ਲੇਖਕ ਦਾ ਨਾਂ ਭੁੱਲ ਗਿਆ ਆਈ ਐਮ ਵੈਰੀ ਸੌਰੀ ਫॉर दैट ਉਹਨਾਂ ਦਾ ਕਹਿਣਾ ਸੀ ਕਿ ਉਹ ਲੇਖਕ ਉਹ ਪਾਠਕ ਮੈਨੂੰ ਬਿਲਕੁਲ ਪਸੰਦ ਨਹੀਂ ਜੋ ਸਿਰਫ ਟਾਈਮ ਪਾਸ ਕਰਨ ਲਈ ਪੜ੍ਹਦਾ ਹੈ ਤੇ ਇਹ ਸਾਇਤ ਕਰ ਵਰਨਾ ਕਿ ਤੁਹਾਨੂੰ ਉਹਨਾਂ ਕਿਤਾਬਾਂ ਵੱਲ ਵੀ ਹੋਣਾ ਪਏਗਾ ਜਿਹੜੀਆਂ ਤੁਹਾਨੂੰ ਕੁਝ ਸਮੇਂ ਬਾਅਦ ਬੋਰ ਕਰਨ ਕਰ ਸਕਦੀਆਂ ਨੇ ਪਰ ਪੜ੍ਹਨਾ ਕਿਉਂ ਪਏਗਾ ਕਿਉਂਕਿ ਉਹਨਾਂ ਕਿਤਾਬਾਂ ਵਿੱਚ ਰਿਸਰਚ ਹੈ ਉਹਨਾਂ ਕਿਤਾਬਾਂ ਨਾਲ ਤੁਹਾਡਾ ਇੰਟੈਲੈਕਚੁਅਲ ਡਿਵੈਲਪ ਹੋਏਗਾ ਤੇ ਤੁਹਾਡੀ ਕ੍ਰੀਏਟਿਵ ਅਬਿਲਿਟੀ ਤੁਹਾਡੀ ਕ੍ਰੀਏਟਿਵ ਰਾਈਟਿੰਗ ਹੋਰ ਵਧੇਗੀ ਸੋ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਸਾਹਿਤਕਾਰ ਲੇਖਕ ਬਣਨ ਲਈ ਪੜ ਰਹੇ ਹੋ ਤਾਂ ਫਿਰ ਤੁਸੀਂ ਉਹਨਾਂ ਕਿਤਾਬਾਂ ਵੱਲ ਵੀ ਜਾਓਗੇ ਜਿਨ੍ਹਾਂ ਕਿਤਾਬਾਂ ਨੂੰ ਪੜਨ ਵਿੱਚ ਤੁਹਾਡੀ ਰੁਚੀ ਨਹੀਂ ਪੈਂਦੀ ਜੇ ਤੁਸੀਂ ਸ਼ਿਵ ਕੁਮਾਰ ਪੜਿਆ ਹੈ ਤੇ ਮੈਂ ਲਿਖਾ ਕੇ ਲੈ ਲੈਂਦਾ ਆ ਕਿ ਜੌਨ ਕਿਡਜ਼ ਦੀ ਜਦੋਂ ਐਂਡੀਮੀਨ ਪੋਇਟਿਕ ਰੋਮਾਂਸ ਪੜੋਗੇ ਤੁਹਾਡੀ ਰੁਚੀ ਬਿਲਕੁਲ ਨਹੀਂ ਬਣੇਗੀ ਪਰ ਤੁਹਾਨੂੰ ਉਹ ਪੜ੍ਹਨੀ ਪੈਗੀ ਜੇ ਤੁਸੀਂ ਚੰਗੇ ਕਵੀ ਬਣਨਾ ਹੈ ਤੁਹਾਨੂੰ ਪਾਵਲੋਨਰੂਦਾ ਪੜ੍ਹਨਾ ਪਏਗਾ ਜੇ ਤੁਸੀਂ ਚੰਗੇ ਕਵੀ ਬਣਨਾ ਹੈ ਕੱਲ ਮੈਂ ਇੱਕ ਅਲਵਰ ਕਾਮੂ ਦਾ ਕੋਟ ਇੰਸਟਾਗ੍ਰਾਮ ਤੇ ਅਪਲੋਡ ਕੀਤਾ ਸੀ ਕਿ ਇਨ ਦੀ ਐਂਡ ਵਨ ਨੀਡਸ ਮੋਰ ਕਰੇਜ ਟੂ ਲਿਵ ਦੈਨ ਟੂ ਡਾਈ ਸੋ ਇੱਕ ਸਵਾਲ ਆਇਆ ਕਿ ਮੈਂ ਪਾਸ਼ ਦੀ ਕਿਤਾਬ ਵਿੱਚ ਵੀ ਐਵੇਂ ਦੀ ਹੀ ਗੱਲ ਪੜ੍ਹੀ ਸੀ ਤੇ ਮੈਂ ਆਖਿਆ ਕਿ ਪਾਸ਼ ਵੀ ਯੂਰੋਪੀਅਨ ਲਿਟਰੇਚਰ ਵੱਲ ਬਹੁਤ ਪਰ ਅਕਾਸ਼ਿਤ ਸੀ ਬਹੁਤ ਪ੍ਰਭਾਵਸ਼ੀਲ ਸੀ ਉਸਨੇ ਪਾਬਲੋ ਨਰੂਦਾ ਨੂੰ ਬਹੁਤ ਪੜਿਆ ਤੇ ਆਈ ਹੋਪ ਕਿ ਉਸਨੇ ਅਲਵਰ ਕਾਮੋ ਦੀਆਂ ਚਨਾਮਾ ਵੀ ਪੜੀਆਂ ਹੀ ਹੋਣਗੀਆਂ ਕਿਉਂਕਿ ਉਹ ਇੱਕ ਬਹੁਤ ਜ਼ਿਆਦਾ ਸੰਗੀਨ ਇੰਟੈਲੈਕਚੁਅਲ ਪਰਸਨੈਲਿਟੀ ਸੀ ਜਿਸ ਨੂੰ ਤੁਸੀਂ ਪਾਸ਼ ਦੇ ਨਾਮ ਅਬਦਾਰ ਸਿੰਘ ਸੰਦੂ ਦੇ ਨਾਮ ਨਾਲ ਜਾਣਦੇ ਹਾਂ ਤੇ ਇਸੇ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਇੱਥੇ ਹੀ ਐਂਡ ਕਰਦੇ ਆਂ ਤੇ ਕਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ ਉਹਨਾਂ ਦੇ ਨਾਮ ਤੁਸੀਂ ਮੇ ਤੋਂ ਇੰਸਟਾਗ੍ਰam ਆਈਡੀ ਸਾਡੀ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਹੋਏਗੀ ਉੱਥੇ ਪੁੱਛ ਸਕਦੇ ਹੋ ਉਸ ਤੋਂ ਇਲਾਵਾ ਜੇ ਕੋਈ ਤੁਹਾਨੂੰ ਹੈਲਪਲੀ ਲੋੜ ਹੈ ਜੇ ਤੁਸੀਂ ਗਜ਼ਲ ਦੀ ਮੀਟਰ ਜੀ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਇੰਸਟਾਗ੍ਰam ਜ਼ਰੂਰ ਸਬਸਕ੍ਰਾਈਬ ਕਰੋ ਅਸੀਂ ਤੁਹਾਨੂੰ ਕਲਾਸਾਂ ਦਵਾਂਗੇ ਉਰਦੂਈ ਕਲਾਸਾਂ ਦਵਾਂਗੇ ਠੀਕ ਹੈ ਤਾਂ ਕਿ ਤੁਹਾਡੀ ਆ ਪੜ੍ਹਨ ਦੀ ਰੁਚੀ ਹੋਰ ਵਧਦੀ ਜਾਏ ਪਰ ਆਪਣੀ ਪਰਸਨੈਲਿਟੀ ਅਕੋਰਡਿੰਗ ਕਿਤਾਬਾਂ ਜ਼ਰੂਰ ਚੁਣੋ ਐਂਡ ਐਟ ਦੀ ਐਂਡ ਮੈਂ ਇਹੀ ਕਹਿਣਾ ਚਾਹਾਂਗਾ ਕਿ ਹੋ ਸਕਦਾ ਹੈ ਕਿ ਜਿਹੜੀਆਂ ਕਿਤਾਬਾਂ ਤੁਸੀਂ ਚੁਣੋ ਆਪਣੀ ਪਰਸਨੈਲਿਟੀ ਨੂੰ ਦੇਖ ਕੇ ਹੋ ਸਕਦਾ ਹੈ ਕਿ ਉਹ ਕਿਤਾਬਾਂ ਤੁਹਾਨੂੰ ਚੰਗੀਆਂ ਨਾ ਲੱਗਣ ਠੀਕ ਹੈ ਪਰ ਕਿਉਂਕਿ ਤੁਹਾਨੂੰ ਸ਼ਾਇਦ ਤੁਸੀਂ ਆਪਣੇ ਪਰਸਨੈਲਿਟੀ ਦਾ ਗਲਤ ਅੰਦਾਜ਼ਾ ਵੀ ਲਗਾ ਸਕਦੇ ਹੋ ਆਪਣੇ ਆਪ ਨੂੰ ਜਾਣਨਾ ਦੁਨੀਆ ਦਾ ਸਭ ਤੋਂ ਬਹੁਤ ਵੱਡਾ ਕੰਮ ਹੈ ਇਹ ਕਿਸ ਨੇ ਹਰੇਕ ਕੋਈ ਆਪਣੇ ਆਪ ਨੂੰ ਜਾਣ ਗਿਆ ਹੁੰਦਾ ਤਾਂ ਦੁਨੀਆ ਬਹੁਤ ਖੁਸ਼ਹਰਮਾ ਹੁੰਦੀ ਦੁਨੀਆ ਰਹਿਣ ਲਈ ਬਹੁਤ ਖੁਸ਼ਹਰਮਾ ਹੁੰਦੀ ਇਸ ਲਈ ਮੈਂ ਇਹੀ ਆਸ ਕਰਦਾ ਕਿ ਜਦੋਂ ਤੁਸੀਂ ਕਿਤਾਬ ਆਪਣੇ ਪਰਸਨੈਲਿਟੀ ਅਕੋਰਡਿੰਗ ਚੁਣੋ ਜੇ ਤੁਹਾਨੂੰ ਚੰਗੇ ਨਾ ਲੱਗੇ ਤੁਸੀਂ ਅਗਲੀ ਕਿਤਾਬ ਵੱਲ ਵਧ ਸਕਦੇ ਹੋ ਜਾਂ ਨੋਵਲ ਤੋਂ ਕਵਿਤਾਵਲ ਬੜ ਸਕਦੇ ਫਲਸਫੇ ਤੋਂ ਇਤਿਹਾਸਵਲ ਵੱਧ ਕੇ ਦੇਖ ਸਕਦੇ ਹੋ ਤੁਸੀਂ ਇੱਕ ਕਿਤਾਬ ਇੱਕ ਇੱਕ ਕਿਤਾਬ ਖਰੀਦ ਲਓ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਮੇਰੀ ਪਰਸਨੈਲਿਟੀ ਕਿੱਦਾਂ ਦੀ ਆ ਤਾਂ ਵਿਚਾਰੇ ਜੋ ਮੈਂ ਦੱਸੇ ਤੁਹਾਨੂੰ ਟੌਪਿਕਸ ਉਹਨਾਂ ਦੀ ਕਿਤਾਬ ਖਰੀਦ ਲਓ ਜਿਹੜੀ ਕਿਤਾਬ ਨੂੰ ਪੜਨ ਵਿੱਚ ਮਜ਼ਾ ਆ ਗਿਆ ਜੇ ਤੁਸੀਂ ਸ਼ੁਰੂਆਤੀ ਦੌਰ ਵਿੱਚ ਹੋ ਪਾਠ ਸ਼੍ਰੇਣੀ ਵਿੱਚ ਤਾਂ ਫਿਰ ਤੁਸੀਂ ਉਹਨਾਂ ਨੂੰ ਪੜ ਸਕਦੇ ਹੋ ਐਂਡ ਦੇਖ ਸਕਦੇ ਹੋ ਕਿ ਕਿਹੜੀ ਕਿਤਾਬ ਨੂੰ ਜ਼ਿਆਦਾ ਆ ਮੇਰੇ ਅੰਦਰ ਹਲਚਲ ਮਚਾ ਰਹੀ ਹੈ ਜੇ ਜਦੋਂ ਜਿਆਦਾ ਹਲਚਲ ਮਚਾ ਰਹੀ ਹੈ ਮੀਂਹ ਸੋ ਕਿਤਾਬ ਤੁਹਾਡੀ ਸਾਥੀ ਬਣੇਗੀ ਉਸ ਤਰ੍ਹਾਂ ਦੀ ਕਿਤਾਬ ਤੁਹਾਡੀ ਸਾਥੀ ਬਣੀ ਹੈ ਤੇ ਜਦੋਂ ਤੁਸੀਂ ਇੱਕ ਕਿਤਾਬ ਸ਼ੁਰੂ ਕੀਤੀ ਸਪੋਜ਼ ਤੁਸੀਂ ਸ਼ਿਵ ਕੁਮਾਰ ਬਟਾਲਵੀ ਸ਼ੁਰੂ ਕੀਤਾ ਕਵਿਤਾ ਪੜਦੇ 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 ਤੁਸੀਂ ਖੁਦ ਹੀ ਚੰਗੀਆਂ ਕਿਤਾਬਾਂ ਵੱਲ ਖਿੱਚੇ ਜਾਓਗੇ 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 ਐਂਡ ਮੈਂ ਇਹੀ ਗੱਲ ਕਮਾਂਗਾ ਕਿ ਹਾਲਕੇ ਮੈਨੂੰ ਅਫਸੋਸ ਹੁੰਦਾ ਹੈ ਕਹਿਣ ਮੈਲੇ ਪਰ ਆ ਨਵੇਂ ਲੇਖਕਾਂ ਨੂੰ ਅਜੇ ਤੱਕ ਨਾ ਪੜੋ ਕਲਾਸਿਕ ਲਿਟਰੇਚਰ ਵੱਲ ਜ਼ਿਆਦਾ ਧਿਆਨ ਦਿਓ ਇੱਕ ਸਮਾਂ ਆਏਗਾ ਨਵੇਂ ਲੇਖਕ ਵੀ ਬਹੁਤ ਜ਼ਿਆਦਾ ਅੱਛਾ ਲਿਖਣਗੇ ਅੱਜ ਕੱਲ੍ਹ ਇਹ ਨੌਜਵਾਨ ਵੀ ਚੰਗਾ ਲਿਖਣ ਲੱਗਣਗੇ ਤੇ ਸ਼ਾਇਦ ਤੁਸੀਂ ਉਹਨਾਂ ਨੂੰ ਵੀ ਸਵੀਕਾਰ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਤੇ ਤੁਸੀਂ ਸਾਨੂੰ ਕਦੇ ਵੀ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਆਈਡੀ ਹੈ ਸਾਡੀ ਸਕੂਤ ਤੇ ਮਰਗ ਉੱਥੇ ਜਾ ਸਕਦੇ ਹੋ ਐਂਡ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਐਂਡ ਅੱਜ ਲਈ ਇਹ ਨਹੀਂ ਸਤਿ ਸ਼੍ਰੀ ਅਕਾਲ